ਬਹੁਤ ਹੀ ਸਤਿਕਾਰਯੋਗ ਸਟੇਜ ਤੇ ਬੈਠੇ ਹੋਏ ਆਗੂ ਸਹਿਬਾਨ ਪੰਡਾਲ 'ਚ ਬੈਠੇ ਆ ਮੇਰੇ ਸਤਿਕਾਰਯੋਗ ਭੈਣਾਂ ਤੇ ਬੱਚਿਆਂ ਅਤੇ ਕਿਸਾਨ ਵੀਰੋ ਨੌਜਵਾਨੋ ਸਭ ਤੋਂ ਪਹਿਲਾਂ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਆਪ ਜੀ 1 ਸਾਲ ਤੋਂ ਵੱਧ ਸਮੇਂ ਤੋਂ ਇੱਥੇ ਬੈਠੇ ਹੋ ਅਤੇ 19 ਤਰੀਕ ਨੂੰ ਸਿਰ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਆਗਮਨ ਪਰਵਤੇ ਤੁਹਾਡੀ ਬਹੁਤ ਵੱਡੀ ਜਿੱਤ ਹੋਈ ਔਰ ਕੁਝ ਅਜੇ ਬਾਕੀ ਹੈ ਮੈਂ ਬੇਨਤੀ ਕਰਾਂ ਕਿ ਮੇਰੇ ਵੀਰ ਪਹਿਲਾਂ ਬੋਲ ਰਹੇ ਸੀ ਕਿ ਮੋਰਚਾ ਜਿੱਤਿਆ ਜਾ ਚੁੱਕਾ ਹੈ ਮੈਂ ਦੱਸਣਾ ਚਾਹਣਾ ਹੈ ਜੋ ਸਾਡੀਆਂ ਮੀਟਿੰਗਾਂ ਹੋਈਆਂ ਮੈਂ ਮੀਟਿੰਗ ਦੀ ਗੱਲ ਕਰਨੀ ਆ ਆਪਣੇ ਵੱਲੋਂ ਕੋਈ ਗੱਲ ਨਹੀਂ ਕਰਨੀ ਜਿਸ ਦਿਨ 19 ਤਰੀਕ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਕਿ ਇਹ ਤਿੰਨੇ ਕਾਲੇ ਕਾਨੂੰਨ ਰੱਦ ਅਤੇ ਮਾਫੀ ਵੀ ਮੰਗੀ ਗਈ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਪੁਰਬ ਦੀ ਵਧਾਈ ਵੀ ਦਿੱਤੀ ਬਹੁਤ ਵੱਡੀ ਗੱਲ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਪੁਰਬ ਤੇ ਇਹ ਕਿਸਾਨੀ ਅੰਦੋਲਨ ਦੀ ਜਿੱਤ ਹੋਣੀ ਔਰ ਉਸ ਤੋਂ ਬਾਅਦ 21 ਤਰੀਕ ਨੂੰ ਸਾਡੀ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਲੰਬੀ ਵਿਚਾਰ ਚਰਚਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਗਈ ਸੀ ਜਿਸ ਚਿੱਠੀ ਦੇ ਵਿੱਚ 6 ਮੰਗਾਂ ਲਿਖੀਆਂ ਗਈਆਂ ਸੀ ਵੀ ਪ੍ਰਧਾਨ ਮੰਤਰੀ ਜੀ ਇਹਨਾਂ ਮੰਗਾਂ ਦਾ ਤੁਸੀਂ ਐਲਾਨ ਕਰ ਦਿੱਤਾ ਇਹ ਠੀਕ ਹੈ ਕਿ ਅਜੇ ਪਾਰਲੀਮੈਂਟ ਹਾਊਸ ਵਿੱਚ ਰਾਜ ਸਭਾ ਚ ਇਹ ਅੱਗੇ ਜਾ ਕੇ ਰੱਦ ਫੇਰ ਹੋਣਗੀਆਂ ਜਦੋਂ ਉਥੇ ਬਿੱਲ ਪਾਸ ਹੋਣਗੇ ਲੇਕਿਨ ਇਹਦੇ ਨਾਲ ਜੜੀਆਂ 6 ਮੰਗਾਂ ਨੇ ਜਿਸ ਤਰ੍ਹਾਂ ਕਿ ਐਮਐਸਪੀ ਉਥੇ ਕਾਨੂੰਨ ਬਣਾਣਾ ਜੋ ਵੀ ਕਿਸਾਨ ਫਸਲ ਬੀਜਦੇ ਨੇ ਉਹਨਾਂ ਦੇ ਜੜੀ ਐਮਐਸਪੀ ਆ ਉਹ ਗਰੰਟੀ ਦੇ ਤਹਿਤ ਜੜੀ ਉਹ ਵਿਕਣੀ ਚਾਹੀਦੀ ਆ ਜੇ ਕੋਈ ਉਹ ਫਸਲ ਐਮਐਸਪੀ ਤੋਂ ਘੱਟ ਰੇਟ ਤੇ ਕੋਈ ਖਰੀਦਦਾਰ ਖਰੀਦਾ ਤੇ ਉੱਤੇ ਕੇਸ ਹੋਣਾ ਚਾਹੀਦਾ ਇੱਕ ਇਹ ਮੰਗ ਦੂਜੀ ਮੰਗ ਸੀ ਕਿ ਜਿਹੜਾ ਬਿਜਲੀ ਸੋਧ ਬਿਲ 2020 ਆ ਰਿਆ ਸੀ ਉਹ ਜੇ ਜਿਉਂਦਾ ਤੇ ਉਹ ਵੀ ਪਰਾਲੀ ਦੇ ਸਬੰਧ ਵਿੱਚ ਵੀ ਇਸੇ ਤਰ੍ਹਾਂ ਜੋ ਇਹ ਅੰਦੋਲਨ ਚੱਲਿਆ ਇਸ ਅੰਦੋਲਨ ਦੇ ਦੌਰਾਨ ਜਿਹੜੇ ਸਾਡੇ ਕਿਸਾਨ ਵੀਰਾਂ ਤੇ ਪਰਚੇ ਹੋਏ ਜਿਵੇਂ ਕਿ ਕੇਵਲ ਹਰਿਆਣੇ ਦੇ ਵਿੱਚ ਹੀ ਬਹੁਤ ਵੱਡੀ ਤਦਾਦ ਤੇ ਪਰਚੇ ਹੋਏ ਨੇ 48000 ਦੇ ਕਰੀਬ ਹੈ ਉਹ ਪਰਚੇ 307 ਦੇਸ ਧਰੋਈ ਦੇ ਪਰਚੇ ਨੇ ਇਸੇ ਤਰ੍ਹਾਂ ਦਿੱਲੀ ਚ ਹੈ ਔਰ ਇਸੇ ਤਰ੍ਹਾਂ ਹੀ ਯੂਪੀ ਚ ਵੀ ਹੈ ਔਰ ਯੂਪੀ ਦੇ ਵਿੱਚ ਜਦੋਂ ਅਜੇ ਟੈਣੀ ਰਾਜ ਮੰਤਰੀ ਦੇ ਕਾਂਦੇਤੋ ਦੇ ਪੁੱਤਰ ਵੱਲੋਂ ਜਿਹੜਾ ਸੀ ਉਹ ਕਤਲ ਕੀਤਾ ਕਿਸਾਨਾਂ ਦੇ ਉੱਤੇ ਗੱਡੀ ਚੜਾ ਕੇ ਉਹਨਾਂ ਨੂੰ ਦਰੜ ਕੇ ਸ਼ਹੀਦ ਕੀਤਾ ਗਿਆ ਤੇ ਉਸ ਤੋਂ ਬਾਅਦ ਇਹ ਮੰਗ ਸੀ ਕਿ ਅਜੇ ਟੈਣੀ ਦਾ ਜਿਹੜਾ ਉਹਦੀ ਉਹਦੀ ਬਰਖਾਸਤੀ ਹੋਣੀ ਚਾਹੀਦੀ ਹੈ ਤੇ ਉਹਨੂੰ ਵੀ ਜੇਲ੍ਹ ਜਾਣਾ ਚਾਹੀਦਾ ਉਹ ਵੀ ਮੰਗ ਨਾਲ ਹੈ ਇਸੇ ਤਰ੍ਹਾਂ ਜਿਹੜੇ ਸਾਡੇ ਐਨ ਆਰ ਆਈ ਵੀਰ ਨੇ ਉਹਨਾਂ ਦੀ ਜਿਹੜੀ ਕਾਲੀ ਸੂਚੀ ਬਣੀ ਆ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਹਮਾਇਤ ਦਿੱਤੀ ਆ ਉਹ ਸੂਚੀ ਵੀ ਜਿਹੜੀ ਆ ਉਹ ਰੱਦ ਹੋਣੀ ਚਾਹੀਦੀ ਆ ਇਸੇ ਤਰ੍ਹਾਂ ਜਿੰਨੇ ਵੀ ਸਾਡੇ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਨੇ ਸਾਡੀਆਂ ਭੈਣਾਂ ਸਾਡੇ ਬੱਚੇ ਸਾਡੇ ਬਜ਼ੁਰਗ ਨੌਜਵਾਨ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਆ ਉਸ ਸਹਾਇਤਾ ਜ਼ਰੂਰੀ ਹੈ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਆ ਇਸ ਤਰ੍ਹਾਂ ਦੀਆਂ ਨੰਗਾ ਲੈ ਕੇ ਉਹ ਚਿੱਠੀ ਲਿਖੀ ਗਈ ਸੀ ਲੇਕਿਨ ਉਸ ਚਿੱਠੀ ਤੇ ਅਜੇ ਤੱਕ ਪ੍ਰਧਾਨ ਮੰਤਰੀ ਵੱਲੋਂ ਕੋਈ ਸਾਨੂੰ ਲਿਖਤੀ ਪੱਤਰ ਨਹੀਂ ਆਇਆ ਜਿਸ ਕਰਕੇ ਜਿੰਨਾ ਚਿਰ ਲਿਖਤੀ ਪੱਤਰ ਨਹੀਂ ਆਉਂਦਾ ਉਦੋਂ ਬਾਅਦ ਵੀ ਕਾਫੀ ਮੀਟਿੰਗਾਂ ਹੋ ਚੁੱਕੀਆਂ ਨੇ 29 ਤਰੀਕ ਨੂੰ ਮੀਟਿੰਗ ਹੋਈ ਆ 3 ਤਰੀਕ ਨੂੰ ਮੀਟਿੰਗ ਹੋਈ ਆ ਕੱਲ ਵੀ ਮੀਟਿੰਗ ਹੋਈ ਹੈ ਔਰ ਕੱਲ ਨੂੰ 3 ਤਰੀਕ ਨੂੰ ਫਿਰ ਮੀਟਿੰਗ ਹੈ ਸੋ ਉਹ ਜੜੀਆਂ ਮੰਗਾ ਨੇ ਉਹ ਜਿਉਂਦੀਆਂ ਤਿਉਨ ਨੇ ਜਿੰਨਾ ਚਿਰ ਇਹ ਸਾਰੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਉਹਨਾਂ ਚਿਰ ਇਥੋਂ ਜਾਣ ਬਾਰੇ ਅਜੇ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਜਿਹੜਾ ਇਹ ਫੈਸਲਾ ਹੈ ਇਹ ਅਗਲੀ ਗੱਲ ਵੀ ਮੈਂ ਦੱਸਦਿਆਂ ਕਿ ਜੋ ਮੀਟਿੰਗ 'ਚ ਫੈਸਲਾ ਹੋਇਆ ਹੈ ਉਹ ਇਹ ਆ ਕਿ ਇਹ ਮੰਗਾਂ ਮੰਨੀਆਂ ਜਾਣ ਤੇ ਸੰਯੁਕਤ ਮੋਰਚੇ ਦੀ ਮੀਟਿੰਗ ਹੋਵੇਗੀ ਔਰ ਉਹ 4 ਤਰੀਕ ਨੂੰ ਰੱਖੀ ਹੋਈ ਆ ਐਸਕੇਮ ਦੀ ਮੀਟਿੰਗ ਰੱਖੀ ਹੋਈ ਆ ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਵੇਗਾ ਤੇ ਸੋ ਜਿੰਨਾ ਚਿਰ ਸਭ ਤੋਂ ਪਹਿਲਾਂ ਇਹ ਮੰਗਾ ਜਿਨ੍ਹਾਂ ਦੀ ਮੈਂ ਲਿਸਟ ਦੇ ਬਾਰੇ ਤੁਹਾਨੂੰ ਦੱਸਿਆ ਇਹ ਮੰਗਾ ਜੜੀਆਂ ਮੰਨੀਆਂ ਜਾਣੀਆਂ অতি ਜ਼ਰੂਰੀ ਨੇ ਸੋ ਜਿੰਨਾ ਚਿਰ ਇਹ ਮੰਗਾ ਨਹੀਂ ਮੰਨੀਆਂ ਜਾਂਦੀਆਂ ਸੰਯੁਕਤ ਮੋਰਚੇ ਦੀ ਮੀਟਿੰਗ 'ਚ ਫੈਸਲਾ ਨਹੀਂ ਹੁੰਦਾ ਉਨਾ ਚਿਰ ਸਾਨੂੰ ਇਸ ਸਟੇਜ ਤੋਂ ਇਹ ਗੱਲ ਨਹੀਂ ਕਹਿਣੀ ਚਾਹੀਦੀ ਕਿ ਅਸੀਂ ਜਿਹੜਾ ਉਹ ਜਾਣਾ ਹੈ ਤੇ ਜਾਣਾ ਜ਼ਰੂਰ ਹੈ ਇਹ ਨਹੀਂ ਵੀ ਇੱਥੇ ਰਹਿਣਾ ਹੈ ਮੈਂ ਇੱਥੇ ਰਹਿਣ ਦੇ ਇਹ ਨਹੀਂ ਹੈਗਾ ਕਿ ਜਦੋਂ ਮੰਗਾ ਮੰਗ ਲਈਆਂ ਜਾਣ ਗਿਆ ਉਸ ਤੋਂ ਬਾਅਦ ਹੁਣੇ ਇੱਕ ਗੱਲ ਆਈ ਸੀ ਕਿ ਸਾਨੂੰ ਇਥੋਂ ਪੰਜਾ ਪਿਆਰਾਂ ਦੇ ਅਗਵਾਈ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਸ਼ਾਹੇਟ ਇਹ ਮੰਗ ਹੈ ਮੈਂ ਫੈਸਲੇ ਦੀ ਗੱਲ ਨਹੀਂ ਕਰ ਰਿਹਾ ਮੰਗਾ ਸਿੱਖ ਸੰਗਤਾਂ ਦੇ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੇ ਰੂਪ ਵਿੱਚ ਜਿਹੜਾ ਇਥੋਂ ਜਾਣਾ ਚਾਹੀਦਾ ਮਤਲਬ ਇਨੀਆਂ ਖੁਸ਼ੀਆਂ ਹੋਣੀਆਂ ਚਾਹੀਦੀਆਂ ਨੇ ਇਹ ਹੋਣ ਗਿਆ ਪਰ ਉਦੋਂ ਹੋਣ ਗਿਆ ਜਦੋਂ ਪੂਰਨ ਤੌਰ ਤੇ ਮੰਗਮਨੀਆਂ ਜਾਣ ਗਿਆ ਔਰ ਹਰਿਆਣਾ ਦੇ ਬਹੁਤ ਸਾਰੇ ਵੀਰ ਇਹ ਵੀ ਸਾਡੇ ਤੇ ਗਿਲਾ ਕਰਦੇ ਨੇ ਕਿ ਸ਼ਾਇਦ ਸੰਛੜੇ ਚਲੇ ਜਾਣਗੇ ਮੇਰੇ ਵੀਰੋ ਹਰਿਆਣਾ ਯੂਪੀ ਦਿੱਲੀ ਰਾਜਸਥਾਨ ਮਧਾਪਰਦੇਸ਼ ਪੂਰੇ ਦੇਸ਼ ਦੇ ਵਿੱਚ ਜਿੱਥੇ ਵੀ ਕਿਤੇ ਕੇਸ ਬਣੇ ਨੇ ਇਸ ਅੰਦੋਲਨ ਦੇ ਨਾਲ ਸੰਬੰਧਿਤ ਔਰ ਇੱਕ ਗੱਲ ਮੈਂ ਦੱਸਣੀ ਚਾਹਣਾ ਉਹ ਸਾਰੇ ਜਿਨ੍ਹਾਂ ਚਿਰ ਕੇਸ ਰਾਤੇ ਨਹੀਂ ਹੁੰਦੇ ਇਹ ਮੋਰਚਾ ਚੱਲਦਾ ਹੈ ਉਹਨਾਂ ਚਿਰੇ ਮੋਰਚਾ ਇਥੋਂ ਜਿਹੜਾ ਉਹ ਜਾ ਨਹੀਂ ਸਕਦਾ ਸੋ ਇੱਕ ਬੇਨਤੀ ਹੋ ਰਹੀ ਹੈ ਕੱਲ ਰਾਤੀ ਮੇਰੀ ਡਿਬੇਟ ਚੱਲ ਰਹੀ ਸੀ ਰਿਪਬਲਿਕ ਟੀਵੀ ਚੈਨਲ ਤੇ ਤੇ ਉੱਥੇ ਗੱਲ ਆ ਰਹੀ ਸੀ ਕਿ ਜਿਹੜਾ ਨਰਿੰਦਰ ਜਿਹੜਾ ਤੋਮਰ ਹੈ ਉਹ ਕਹ ਰਿਹਾ ਕਿ ਸਾਡੇ ਕੋਲੇ ਕਿ ਸ਼ਹੀਦ ਕਿਸਾਨਾਂ ਦੀ ਲਿਸਟ ਹੀ ਨਹੀਂ ਸ਼ਹੀਦ ਹੋਈ ਨਹੀਂ ਪੋਸਟਾਂ ਪਈਆਂ ਨੇ ਉਹਦੀਆਂ ਵੀਡੀਓ ਆ ਰਹੀਆਂ ਨੇ ਕਿੱਡੀ ਸ਼ਰਮ ਦੀ ਗੱਲ ਹੈ ਕ੍ਰਿਸ਼ੀ ਮੰਤਰੀ ਹੋ ਕੇ ਇਹਨਾਂ ਝੂਠ ਬੋਲ ਰਿਹਾ ਔਰ ਜਿਨ੍ਹਾਂ ਦੀਆਂ ਇੱਥੇ ਸ਼ਹੀਦੀਆਂ ਹੋਈਆਂ ਨੇ ਉਹਨਾਂ ਦਾ ਰਿਕਾਰਡ ਹੈ ਤੇ ਸਰਕਾਰ ਝੂਠ ਬੋਲ ਰਹੀ ਹੈ ਸੋ ਇਹਨਾਂ ਸਰਕਾਰਾਂ ਦੇ ਉੱਤੇ ਇਹਨਾਂ ਮੰਤਰੀਆਂ ਦੇ ਉੱਤੇ ਜਿਹੜੇ ਜ਼ੁਬਾਨੀ ਗੱਲਾਂ ਕਰ ਰਹੇ ਨੇ ਕਿਵੇਂ ਭਰੋਸਾ ਕੀਤਾ ਜਾਵੇਗਾ ਇਸ ਕਰਕੇ ਜ਼ੁਬਾਨੀ ਭਰੋਸਾ ਅਸੀਂ ਬਿਲਕੁਲ ਨਹੀਂ ਕਰਨਾ ਲਿਖਤੀ ਚਿੱਠੀਆਂ ਆਉਣ ਔਰ ਚਿੱਠੀ ਆਉਣ ਤੋਂ ਬਾਅਦ 32 ਕਿਸਾਨ ਜਥੇਬੰਦੀਆਂ ਐਸ ਕੇ ਐਮ ਦੀ ਮੀਟਿੰਗ ਉਹ ਹੋਣ ਤੋਂ ਬਾਅਦ ਹੀ ਇਥੋਂ ਜਾਣ ਦਾ ਐਲਾਨ ਹੋਏਗਾ ਔਰ ਜਿਹੜੇ ਵੀਰ ਇੱਥੇ ਮੈਂ ਕੱਲ ਗਿਆ ਪਿੱਛੇ ਤੇ ਉਹ ਕਰਨ ਲੱਗੇ ਜੀ ਤੁਸੀਂ ਸਰੂਪੇ ਜਿਹੜਿਆ ਦੇ ਦਿੱਤਾ ਸਰੂਪੇ ਤੇ ਉਦੋਂ ਦੇਈਦੇ ਨੇ ਜਦ ਸਮਾਪਤੀ ਹੋਵੇ ਮੈਂ ਭਾਈ ਕੋਈ ਗੱਲ ਨਹੀਂ ਜਿਹੜੇ ਸਰੂਪੇ ਦਿੱਤੇ ਗਿਆ ਮਾਨ ਸਤਕਾਰ ਹੀ ਦਿੱਤਾ ਇਹ ਤਾਂ ਨਹੀਂ ਕਿ ਆਪ ਵੀ ਤੁਸੀਂ ਹੁਣ ਜਾਓ ਸੋ ਜਿਹੜੇ ਲੰਗਰਾਂ ਵਾਲੇ ਜਾਂ ਮੈਡੀਕਲ ਕੈਂਪਾਂ ਵਾਲੇ ਜਾਂ ਹੋਰ ਸੇਵਾਦਾਰ ਨੇ ਉਹਨਾਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਹ ਜਿੰਨਾ ਚਿਰ ਮੰਗਾ ਅਧੂਰੀਆਂ ਨੇ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਇਹ ਅੰਦੋਲਨ ਇੱਥੇ ਹੀ ਰਹੇਗਾ ਜੋ ਇਹਨੀਆਂ ਬੇਨਤੀਆਂ ਕਰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਖਿਮਾ ਦਾ ਜਾਚ ਕਹਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ